ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਹਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਜੀ ਹੁਣ ਪੁਲਿਸ ਚਾਹੇ ਵੀ ਨਹੀਂ ਕੱਟ ਸਕੇਗੀ ਤੁਹਾਡਾ ਚਲਾਨ ਬਸ ਮੋਬਾਈਲ ਫੋਨ ਤੇ ਕਰੋ ਇਹ ਕੰਮ ਨਹੀਂ ਹੋਵੇਗਾ ਚਲਾਨ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸਾਰੇ ਪਾਸੇ ਸ਼ੇਅਰ ਜ਼ਰੂਰ ਕਰਿਓ ਵਾਹਨ ਚਲਾਉਣ ਦੇ ਲਈ ਡਰਾਈਵਿੰਗ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ ਮੰਨ ਲਓ ਕਿ ਤੁਸੀਂ ਵਾਹਨ ਦੇ ਦਾਸਤਾਵੇਜ਼ ਅਤੇ ਡਰਾਈਵਿੰਗ ਲਾਇਸੈਂਸ ਲੈ ਬਿਨਾ ਗੱਡੀ ਚਲਾ ਰਹੇ ਹੋ ਤਾਂ ਟ੍ਰੈਫਿਕ ਪੁਲਿਸ ਨੇ ਤੁਹਾਨੂੰ ਰੋਕ ਲਿਆ ਤੇ ਦਾਸਤਾਵੇਜ਼ ਦੀ ਅਸਲ ਕਾਪੀ ਦਿਖਾਉਣ ਦੇ ਲਈ ਕਿਹਾ ਫਿਰ ਤੁਸੀਂ ਕੀ ਕਰੋਗੇ ਕਬਰਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ smartphones ਦੇ ਵਿੱਚ ਆਪਣਾ ਡਰਾਈਵਿੰਗ ਲਾਇਸੈਂਸ ਵੀ ਰੱਖ ਸਕਦੇ ਹੋ ਮੋਬਾਈਲ ਫੋਨ ਦੇ ਵਿੱਚ ਡਰਾਈਵਿੰਗ ਲਾਇਸੈਂਸ ਡਾਊਨਲੋਡ ਕਰਨਾ ਬਹੁਤ ਜਿਆਦਾ ਸੌਖਾ ਹੈ ਤੇ ਮੋਬਾਈਲ ਫੋਨ ਵਿੱਚ ਜੇਕਰ ਤੁਸੀਂ ਡਿਜੀ ਲੋਕਰ ਜਾਂ ਐਮ ਪਰਿਵਹਨ ਐਪ ਵਿੱਚ ਡਰਾਈਵਿੰਗ ਲਾਇਸੈਂਸ ਦੀ ਸੌਫਟ ਕਾਪੀ ਰੱਖਦੇ ਹੋ ਤਾਂ ਤੁਹਾਡਾ ਚਲਾਨ ਨਹੀਂ ਕੱਟਿਆ ਜਾਵੇਗਾ ਤੇ ਇਹ ਨਿਯਮ ਵੋਟਰ ਵਹੀਕਲ ਐਕਟ 1988 ਦੇ ਵਿੱਚ ਦਿੱਤਾ ਗਿਆ ਹੈ ਫੋਨ ਤੇ ਡਰਾਈਵਿੰਗ ਲਾਇਸੈਂਸ ਨੂੰ ਸੁਰੱਖਿਅਤ ਕਰਨ ਦੇ ਲਈ ਪ੍ਰਕਿਰਿਆ ਸਭ ਤੋਂ ਪਹਿਲਾਂ ਡਿਜੀ ਲੋਕਰ ਇਹ ਐਪ ਨੂੰ ਪਲੇ ਸਟੋਰ ਤੇ ਡਾਊਨਲੋਡ ਕਰੋ ਜਾਂ ਇਸ ਦੀ ਵੈਬਸਾਈਟ digilocker.gov.in ਤੇ ਕਲਿੱਕ ਕਰੋ ਤੇ ਆਪਣੇ ਫੋਨ ਨੰਬਰ ਤੇ ਆਧਾਰ ਕਾਰਡ ਦੀ ਵਰਤੋਂ ਕਰਦੇ ਹੋਏ digilocker ਦੇ ਸਾਈਨ ਅਪ ਕਰੋ ਤੇ ਉਸ ਤੋਂ ਬਾਅਦ ਆਪਣੇ ਖਾਤਾਕਾਰ ਨਾਮ ਅਤੇ 6 ਅੰਕਾਂ ਦੇ ਪਿੰਨ ਦੇ ਨਾਲ ਸਾਈਨ ਇਨ ਕਰੋ ਤੇ ਫਿਰ ਤੁਹਾਨੂੰ ਰਜਿਸਟਰਡ ਫੋਨ ਤੇ ਇੱਕ ਵਾਰ ਦਾ 1 ਟਾਈਮ ਪਾਸਵਰਡ ਮਿਲੇਗਾ ਤੇ ਇੱਕ ਵਾਰ ਜਦੋਂ ਤੁਸੀਂ ਸਾਈਨ ਇਨ ਕਰ ਲੈਂਦੇ ਹੋ ਤਾਂ get issued documents یعنی کہ جاری ਕੀਤੇ ਗਏ ਦਸਤਾਵੇਜ਼ ਪ੍ਰਾਪਤ ਕਰੋ ਤੇ ਬਟਨ ਤੇ ਕਲਿੱਕ ਕਰੋ ਤੇ ਹੁਣ ਸਰਚ ਬਾਰ ਵਿੱਚ ਡਰਾਈਵਿੰਗ ਲਾਇਸੈਂਸ ਬਟਨ ਦੀ ਪਾਲ ਕਰੋ ਤੇ ਰਾਜ ਸਰਕਾਰ ਦਾ ਵਿਕਲਪ ਚੁਣੋ ਤੇ ਜਿੱਥੋਂ ਤੁਹਾਨੂੰ ਆਪਣਾ ਡਰਾਈਵਿੰਗ ਲਾਇਸੈਂਸ ਮਿਲਿਆ ਹੈ ਤੇ ਤਰੀਕੇ ਦੇ ਨਾਲ ਤੁਸੀਂ 올 ਸਟੇਟਸ ਦਾ ਵਿਕਲਪ ਵੀ ਚੁਣ ਸਕਦੇ ਹੋ ਤੇ ਆਪਣਾ ਡਰਾਈਵਿੰਗ ਲਾਇਸੈਂਸ ਨੰਬਰ ਦਾਖਲ ਕਰੋ ਅਤੇ ਦਸਤਾਵੇਜ਼ ਪ੍ਰਾਪਤ ਕਰੋ ਤੇ ਬਟਨ ਨੂੰ ਦਬਾਓ ਤੇ ਡਿਜੀ ਲੋਕਰ ਹੁਣ ਟ੍ਰਾਂਸਪੋਰਟ ਵਿਭਾਗ ਤੋਂ ਤੁਹਾਡਾ ਡਰਾਈਵਿੰਗ ਲਾਇਸੈਂਸ ਹਾਸਲ ਕਰੇਗਾ ਜਿਸ ਤੋਂ ਬਾਅਦ ਤੁਸੀਂ ਜਾਰੀ ਕੀਤੇ ਗਏ ਦਾਸਤਾਂਬੇਜ ਦੀ ਸੂਚੀ ਵਿੱਚ ਜਾ ਕੇ ਆਪਣੀ ਡਰਾਈਵਿੰਗ ਲਾਇਸੈਂਸ ਵੇਖ ਸਕਦੇ ਹੋ ਤੇ ਤੁਸੀਂ ਪੀਡੀਐਫ ਬਟਨ ਤੇ ਕਲਿੱਕ ਕਰਕੇ ਡਰਾਈਵਿੰਗ ਲਾਇਸੈਂਸ ਦੀ ਸੌਫਟ ਕਾਪੀ ਵੀ ਡਾਊਨਲੋਡ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਮੋਬਾਈਲ ਦੇ ਵਿੱਚ ਆਪਣਾ ਡਰਾਈਵਿੰਗ ਲਾਇਸੈਂਸ ਰੱਖ ਸਕਦੇ ਹੋ ਤੇ ਤੁਹਾਡਾ ਚਲਾਨ ਬਿਲਕੁਲ ਵੀ ਨਹੀਂ ਕੱਟਿਆ ਜਾਵੇਗਾ ਵੀਡੀਓ ਨੂੰ ਬਾਤ ਤੋਂ ਬਾਅਦ ਹਰ ਇੱਕ ਫੇਸਬੁੱਕ WhatsApp ਗਰੁੱਪ ਵਿੱਚ ਸ਼ੇਅਰ ਜ਼ਰੂਰ ਕਰਿਓ ਧੰਨਵਾਦ